ਦਾ ਸ਼ੁਕਰ ਆ ਯਾਰ, ਗੱਡੀ ਗੁੱਡੀ ਆਪਣੇ ਕੋਲ ਆ ਗਈ ਆਪਣੀ। ਕਿੱਦਾਂ ਕੰਮ ਕੁਮ ਕਰਾ ਲਿਆ ਇਹਦਾ? ਹਾਂਜੀ ਤਾਜੀ ਕਰਾਇਆ। ਕਿੱਥੋਂ ਕਰਾਇਆ? ਸ਼ਹਿਰੋਂ ਕਰਾਇਆ। ਇੱਦਾਂ ਓਕੇ ਆ ਨਾ? ਹਾਂ ਓਕੇ ਹੁਣ ਠੀਕ ਆ। ਤੇ ਸ਼ਰੀਏ ਫਿਲਾ ਰਹੀ ਅੱਡੇ? ਆ ਮਾਰੀ ਚਾਹ ਪੀ ਜਾਈਏ ਫੇਰ ਚੱਲ ਜਾਂਦੇ ਆਪਾਂ। ਚਾਹ? ਹਾਂ ਚੱਲ ਫਿਰ ਤੂੰ ਪੀ ਜਾ, ਮੈਂ ਬੈਠਾ ਹਾਂ ਜ਼ਰਾ, ਫਿਰ ਮੈਂ ਜ਼ਰਾ ਹੋਇਆ ਤੂੰ ਚਾਹ ਪੀ ਜਾ ਫਿਰ। चाह पी के नहीं आया यार, बाबा चेरी हो गया, पता नहीं कितने बह गया जाके। अस्सलाम वालेकुम भाई जान। वालेकुम अस्सलाम। की हाल है? ठीक ठाक जे? शुक्र अल्लाह का, दुआवां ਤੁਹਾਡੀਆਂ। ਇੱਥੇ ਬੱਸ ਕਿਹੜੀ ਕੀਤੀ ਆ? ਗਲਤੀ ਹੈ ਕਿ ਸਾਡੇ ਕੋਲ ਕੋਈ ਗਲਤੀ ਨਹੀਂ ਹੋ ਗਈ, ਵੈਸੇ ਪੁੱਛ ਰਿਹਾ ਭਾਏ ਨਾ। ਭਾਈ ਬੱਸ ਕਿਹੜੀ ਕੀਤੀ, ਜਗ੍ਹਾ ਸਾਡੀ ਆਪਣੀ ਹੈ। ਅੱਛਾ ਤੁਹਾਡੀ ਆਪਣੀ ਜਗ੍ਹਾ? ਹਾਂਜੀ। ਫੈਸਲਾਬਾਦ ਚਲਾਉਣੇ ਬੱਸ? ਭਾਈ ਫੈਸਲਾਬਾਦ ਵੀ ਚਲਾਈ ਦੀ, ਹਰ ਜਗ੍ਹਾ ਚਲਾਈ ਦੀ ਹੈ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਸਕੂਲ ਆ ਮੇਰਾ ਆਪਣਾ। ਤੁਹਾਡਾ ਆਪਣਾ? ਹਾਂਜੀ। ਪਰਸਨੈਲਿਟੀ ਤੁਹਾਡੀ ਭੱਠੇ ਵਾਲੀ ਹੈ? ਪਰ ਕਿੱਥੋਂ ਭੱਠੇ ਵਾਲੀ ਪਰਸਨੈਲਿਟੀ ਹੋ ਗਈ? ਬੱਸ ਬੁ ਚਲਾ ਲੈਂਦੇ ਭਾਈ, ਬੱਸ ਚਲਾਈ ਦੀ ਆ, ਹੋਰ ਅਸੀਂ ਕਿਹੜਾ ਇਹਨੂੰ ਪਿੱਛੋਂ ਧਾਗਾ ਖਿੱਚ ਕੇ ਰੇੜੀ ਦੀ ਹੈ। ਗੱਲਾਂ ਕਰਨੇ ਯਾਰ ਜੀ, ਭਾਈ ਤੁਸੀਂ ਕਰਨੇ ਆ ਯਾਰ। ਸਕੂਲ ਆ ਮੇਰਾ ਆਪਣਾ। ਅੱਛਾ, ਅਸਾਂ ਤੁਹਾਨੂੰ ਪਹਿਲੇ ਵੀ ਟ੍ਰਿਪ ਲੈ ਕੇ ਜਾਣਾ ਜੇ। ਟ੍ਰਿਪ? ਹਾਂਜੀ ਲੈ ਜਾਾਂਗੇ ਭਾਈ। ਕਿੱਥੇ ਲੈ ਜਾਣਾ? ਮਰੀ ਇਸਲਾਮਾਬਾਦ। ਬੱਚਿਆਂ ਨੂੰ ਮੈਂ ਕਿਹਾ ਚਲੋ ਘੁਮਾ ਲਿਆਈਏ ਜਰਾ, ਮੌਸਮ ਚੇਂਜ ਹੋਣ ਦਿਆ ਵਾ। ਨਾਨਕਗਾਨ ਵਾਲੀ ਸਾਈਡ ਤੇ ਜਾਣਾ? ਨਹੀਂ ਭਾਈ, ਮਰੀ ਇਸਲਾਮਾਬਾਦ ਨਾਨਕਗਾਨ ਬਹੁਤ ਦੂਰ ਹੈ, ਤੁਹਾਡੀ ਬੱਸ ਮੇਰੇ ਖਿਆਲ ਨਾਲ ਤਾਂ ਅੱਗੇ ਨੰਗਾ ਵਾਲੀ ਸ਼ੇਖੂਪੁਰਾ ਟੱਪਣ ਵਾਲੀ ਨਹੀਂ ਹੈਗੀ, ਮੈਂ ਫੇਰ ਵੀ ਮਰੀ ਇਸਲਾਮਾਬਾਦ ਦੀ ਗੱਲ ਕਰਤੀ ਹੈ। ਕੀ ਸਾਡੀ ਗੱਡੀ ਦੇ ਇੱਕ ਟਾਇਰ ਆ? ਇਹ ਟਾਇਰ ਤੇ ਪੂਰਾ ਹੀ ਆ। ਹਾਂਜੀ ਚਲਾ ਫੇਰ, ਤੋਂ ਤੁਰ ਫਿਰ ਕੇ ਦਿਖਾ ਦੇਣਾ ਗੱਡੀ। ਤੁਰ ਫਿਰ ਕੇ ਰੋਟੀ ਖਾਧੀ ਹੈ ਤੂੰ? ਚਲਾਓ ਭਾਈ, ਦੇਖੋ ਗੱਡੀ, ਦੇਖੋ ਇਹ ਦੇਖੋ, ਇੱਧਰ ਤੇ ਚੜ ਕੇ ਚਲਾਉਣੇ ਗੱਡੀ ਤੇ ਇੱਧਰ ਦੀ ਚੜ ਕੇ ਭਾਈ, ਪੌੜੀ ਇੱਧਰ ਲੱਗੀ ਆ, ਇੱਧਰ ਦੀ ਚੜ ਕੇ ਚਲਾਉਣੀ ਗੱਡੀ। ਨਹੀਂ ਪੌੜੀ ਬਹੁਤ ਕਿਤੇ, 6 ਮੰਜ਼ਲਾਂ ਨੂੰ ਲੱਗੀ ਪੌੜੀ, 3 ਪੌੜੇ ਪੌੜੀ ਲੱਗੀ ਤੇ ਚਾਲ ਮਾਰ ਕੇ ਚੜ ਜਾਓ। ਜੀ ਗੱਲਾਂ ਕਰਨੇ ਭਾਈ, ਟਾਇਰ ਨਵੇਂ ਪਵਾਏ, ਇੰਨੇ ਕਾਲੇ ਆ, ਰੰਗ ਮਾਰਿਆ ਇਹਨਾਂ ਨੂੰ। ਭਾਈ ਨਹੀਂ ਨਵੇਂ ਪਵਾਏ ਆ, ਧੋਨੇ ਨਹੀਂ ਆ, ਧੋਤੇ ਤੇ ਨਵੇਂ ਹੋਏ ਆ ਭਾਈ, ਕਿੱਦਾਂ ਦੀਆਂ ਗੱਲਾਂ ਕਰਨੇ। ਪਾਰੀਆਂ ਪੂਰੀਆਂ ਤਾਂ ਚੱਕ ਜਾਂਦੇ ਬੱਚੇ ਨਾ, ਮੈਨੂੰ ਪਤਾ ਸ਼ਰਾਰਤੀ ਹੁੰਦੇ ਆ। ਹਾਂਜੀ, ਤੋ ਸ਼ੀਸ਼ਾ ਸ਼ੀਸ਼ਾ ਚੱਕਣ ਨਾ ਜਦੋਂ ਤੇ ਮਤਲਬ ਆਸਾਨੀ ਨਾਲ ਖੁੱਲ ਜਾਵੇ ਨਾ, ਤੇਲ ਤੂਲ ਦਵੋ ਹਾਂ, ਅੱਜ ਸ਼ਾਮ ਤੱਕ ਟ੍ਰਿਪ ਜਾਣਾ ਜੇ, ਸ਼ਾਮ ਤੱਕ ਤੁਸੀਂ ਕੰਮ ਰੈਡੀ ਸ਼ੈਡੀ ਕਰੋ ਆਪਣਾ। ਠੀਕ ਹੈ ਸਰ, ਹੋ ਜਾਏਗਾ। ਨਿਊ ਖਾਨ ਵਾਲੀ ਗੱਡੀ ਆ? ਨਹੀਂ ਭਾਈ ਜਾਨ, ਹਾਂਜੀ 17 ਵਾਲਿਆਂ ਦੀ ਆ ਯਾਰ, ਨਿਊ ਖਾਨ ਵਾਲੇ ਦੀ ਆ। ਕਿਦਾਂ ਦੀ ਗੱਲ ਕਰੀ ਜਾਂਦੇ, ਜੁੱਤਾਂ ਹੀ ਮਾਰ ਜਾਂਦੇ। ਆ ਸ਼ੀਸ਼ਾ ਟੁੱਟ ਗਿਆ ਸੀ? ਹਾਂਜੀ। ਕੀ ਵਜ੍ਹਾ ਬਣੀ? ਆ ਯਾਰ ਪੱਕਾ ਟਾਈਮ ਹੈਗਾ ਨਾ, ਫਿਰ ਰੁਕਦਾ ਨਹੀਂ ਹੈਗਾ ਸਟੂਡੈਂਟ, ਤੈਨੂੰ ਪਤਾ ਵੱਟੇ ਵੱਟੇ ਮਾਰ ਦਿੰਦੇ, ਫਿਰ ਬੰਦਾ ਨਾ ਬੱਚਿਆਂ ਨੂੰ ਕੁਝ ਕਹਿਣ ਜੋਗਾ। ਉਹ ਤਾਂ ਭਾਈ ਹੈ, ਆਪਾਂ ਨੂੰ ਪਤਾ ਸਕੂਲਾਂ ਦਾ ਤਾਂ ਸਕੂਲ ਕਿੱਥੇ ਆਪਣਾ? ਫੈਸਲਾਬਾਦ ਦੇ ਵਿੱਚ ਹੀ ਆ। ਅੱਛਾ ਹਾਂਜੀ ਜੀ, ਅੱਛਾ ਸਕੂਲ ਆ। ਅੱਛਾ ਆ ਚੰਗਾ ਕੀਤਾ ਯਾਰ, ਬੱਚੇ ਲਮਕਦੇ ਆ, ਇੰਨਾ ਕਿਲਾ ਹੈ ਥੱਲੋਂ ਜਿਹੜਾ। ਹਾਂਜੀ ਇਹ ਸੋਹਣਾ ਕੀਤਾ ਵਾ, ਬੱਚੇ ਫਿਰ ਪਿੱਛੇ ਲਮਕ ਜਾਂਦੇ ਨਾ, ਫਿਰ ਐਕਸੀਡੈਂਟ ਹੱਥ ਨੂੰ ਛੁੱਟ ਜਾਂਦੇ ਆ, ਅੱਗੇ 2-3 ਬੱਚੇ ਇਦਾਂ ਹੀ ਮੌਤ ਹੋ ਗਈ ਨਾ। ਓਏ ਹੋਏ ਹੋਏ, ਫਿਰ ਤੈਨੂੰ ਪਤਾ ਵਾ ਗੱਡੀ ਬੰਦ-ਬੰਦ ਕਰ ਦਿੰਦੇ ਆ। ਅੱਛਾ ਤੂੰ ਸੀਰਤ ਸੂਰਤ ਲੈ, ਖੰਗ ਤੈਨੂੰ ਇੰਨੀ ਲੱਗੀ ਆ ਯਾਰ, ਮੈਂ ਲੈ ਲਾਂਗਾ। ਤੇ ਪੈਸੇ ਲਾਈ ਜਾਂਦੇ, ਕੋ ਆਪਣੀ ਸਿਹਤ ਤੇ ਪੈਸੇ ਲਾਓ ਭਾਈ, ਸਿਹਤ ਤੇ ਲਾਵਾਂਗੇ, ਟੈਨਸ਼ਨ ਨਾ ਲਓ। ਕਿੱਦਾਂ ਓਕੇ ਹੁਣ ਗੱਡੀ? ਮੈਨੂੰ ਅੱਛੀ ਲੱਗੀ, ਮੈਂ ਕਹਿੰਦਾ ਵਾ ਕਿ ਮੈਂ ਨਾ ਪ੍ਰਿੰਸੀਪਲ ਸਕੂਲ ਦਾ ਮੈਂ ਹੀ ਆ ਉੱਥੇ ਦਾ। ਅੱਛਾ, ਟੈਨਸ਼ਨ ਨਹੀਂ ਕਿਸੇ ਗੱਲ ਦੀ ਲੈਣੀ, ਕੋਈ ਗੱਲ ਉਹ ਤਾਂ ਚਾਹਨਾ ਕਿ ਤੂੰ ਨੰਗਣਾ ਗੱਡੀ ਖਲੋਤੀ ਵੇਖ ਲਈ, ਮੈਂ ਕਿ ਚਲੋ ਯਾਰ ਇਹਨੂੰ ਕੋਈ ਆਰਡਰ ਦਈਏ, ਕੋਈ ਗੱਲਬਾਤ ਕਰੀਏ ਕਿ ਬੱਚੇ ਸਕੂਲ ਲੈਣ ਟ੍ਰਿਪ। ਮਿਹਰਬਾਨੀ ਸਰ, ਮਿਹਰਬਾਨੀ, ਸੀਟਾਂ ਸੂਟਾਂ ਚੈੱਕ ਕਰਨੀ ਤੇ ਅੰਦਰ ਚੜ ਕੇ ਉਹੀ ਚੈੱਕ ਕਰਨ ਲੱਗੇ ਜਾ ਕੇ। ਅੱਲਾ ਤੇਰੀ ਖੈਰ, ਬੱਚਿਆਂ ਨੇ ਜਾਣਾ ਕਿ ਇਮਰਾਨ ਖਾਨ ਨੇ ਬਹਿ ਕੇ ਜਾਣਾ? ਵੈਸੇ ਸਾਫ ਸਫਾਈ ਅੱਛੀ ਕਰਨੀ ਕਿ ਇਮਰਾਨ ਖਾਨ ਸਾਫ ਸਫਾਈ ਚੰਗਾ? ਸਫਾਈ ਕਰ ਦਾਂਗੇ ਸਰ, ਉਹ ਕਰਕੇ ਲੈ ਜਾਣੀ ਹੈ। ਕੀ ਹਿਸਾਬ ਤਾਂ ਦੱਸੋ ਮੈਨੂੰ, ਕੀ ਮੁੱਕੋ ਮੇਰੇ ਨਾਲ? ਮੁੱਕੋ ਤਾਂ ਨਾ, ਹਾਂਜੀ ਮੁੱਕੋ ਮੁੱਕੋ, ਆ ਮੁੱਕੋ ਨਹੀਂ। ਹਾਂ ਕਿੰਨੋ ਦੇ ਲਈ ਇਸਲਾਮਾਬਾਦ ਜਾਣਾ, ਬੱਚੇ ਲੈ ਕੇ ਜਾਣਾ? ਇਸਲਾਮਾਬਾਦ ਹੀ ਜਾਣਾ ਵਾ? ਹਾਂਜੀ। ਕਿੰਨੇ ਬੱਚੇ ਆ ਦੱਸ ਦੇ, ਤੁਹਾਨੂੰ ਬੱਚੇ ਵੀ ਦੱਸ ਦਿੰਦੇ ਆ। ਭਾਈ ਕੀ ਚੱਲ ਰਿਹਾ ਜੀ ਫੀਸ ਵਾਰੀ ਦਾ? ਫੀਸ ਵਾਰੀ ਦਾ ਭਾਈ ਜਾਨ 1300 ਰੁਪਇਆ ਚੱਲ ਰਿਹਾ। ਬਸ ਵੀ ਤਾਂ ਕੋਈ ਮਸਲਾ ਨਹੀਂ ਭਾਈ ਨਾ, 1300 ਰੁਪਇਆ ਅੱਜ ਦੇ ਦੌਰ ਦੇ ਵਿੱਚ 1300 ਰੁਪਈਏ ਤੇ ਕੋਈ ਅਮਾਉਂਟ ਵੱਡੀ ਹੈ ਨਹੀਂ ਆ। ਬਿਲਕੁਲ ਇਸ ਤਰ੍ਹਾਂ ਹੀ, ਬਿਲਕੁਲ ਇਸ ਤਰ੍ਹਾਂ ਹੀ। ਤੇ ਅੱਛੀ ਗੱਲ ਕਰਦੇ ਤੁਸੀਂ, 1300 ਰੁਪਈਆ ਆਉਣ ਜਾਣ ਦਾ ਕਹੋ ਅੱਜ ਕੱਲ ਭਾਈ ਬੜੀ ਬਾਤ ਆ। ਭਾਈ ਜਾਨ 1300 ਰੁਪਈਆ ਆਉਣ ਜਾਣ ਨਹੀਂ, ਕੱਲਾ ਜਾਣ ਜਾਣ ਹੀ 1300 ਰੁਪਈਆ। ਅੱਛਾ ਆਉਣਾ ਵੀ ਇੰਨੀ ਦੇ ਕੇ ਹੀ ਆ? ਆਉਣਾ ਵੀ ਇੰਨੀ ਦੇ ਕੇ ਹੀ ਆ। ਤੇ ਭਾਈ ਤੂੰ ਪਹਿਲੇ ਮੈਨੂੰ 3000 ਕਹਿ ਦੇ।
ਚੱਲ ਤੈਨੂੰ ਪਤਾ ਲੱਗ ਗਿਆ ਤੂੰ ਪਹਿਲੇ ਹੈਰਾਨ ਪਰੇਸ਼ਾਨ ਵਾਲਾ ਚੱਕਰ ਕਰਤਾ ਮੇਰੇ ਨਾਲ ਇਹ ਤੇ ਗੱਲ ਨਹੀਂ ਅੱਛੀ ਹੈਗੀ ਹੈਰਾਨ ਪਰੇਸ਼ਾਨ ਕੀ ਭਾਈ ਤੇ ਕੋਈ ਦੋ ਮਰਲੇ ਜਗ੍ਹਾ ਮੰਗ ਲਈ ਇੱਕ ਬੱਚੇ ਨੂੰ ਪਹਿਲੇ ਨਹੀਂ ਤੇ ਮਤਲਬ ਕਿ ਹੈਰਾਨ ਕਰ ਦਿਆਂਗਾ ਪਰੇਸ਼ਾਨ ਕਰ ਦਿਆਂਗਾ ਤੂੰ ਮੈਨੂੰ ਪਹਿਲੇ ਹੈਰਾਨ ਕੀਤਾ 1300 ਕਹਿ ਕੇ ਹਾਂ ਤੂੰ ਯਕਦਮ ਹੀ 2600 ਕਹਿ ਕੇ ਪਰੇਸ਼ਾਨ ਕਰਤਾ ਨਹੀਂ ਯਾਰ ਚੱਲ ਤੇ ਨਾ ਬੱਚੇ ਜ਼ਿਆਦਾ ਹੋ ਗਏ ਨਾ ਫਿਰ ਘੱਟ ਵੱਧ ਕਰ ਲਾਂਗੇ ਉਹਦੇ ਫਿਰ ਨਾਲ ਨਾਲ ਹੀ ਹੈ ਕੀ ਤੁਹਾਡੀ ਮੈਨੂੰ ਲੱਗੀ ਸੋਹਣੀ ਵਿਆਹ ਨਾ ਕਰ ਲਈ ਇਹਨਾਂ ਭਾਈ ਤੂੰ ਡਰਾਈਵਰ ਜਗ੍ਹਾ ਤੇ ਬਹਿ ਗਿਆ ਤੂੰ ਡਰਾਈਵਰ ਆ ਮਤਲਬ ਇੱਥੇ ਡਰਾਈਵਰ ਹੀ ਬੈਂਦੇ ਆ ਡਰਾਈਵਰ ਹੀ ਬੈਂਦੇ ਖਲੋਤੀ ਬੱਸ ਭਾਈ ਜਿੱਥੇ ਮਰਜ਼ੀ ਬੈਜੀ ਦਾ ਹੁੰਦਾ ਵਾ ਉਹ ਤਾਂ ਕੋਈ ਨਹੀਂ ਚਲੋ ਤੁਸੀਂ ਅੱਡ ਲੈ ਕੇ ਨਹੀਂ ਕਿ ਮਤਲਬ ਚੱਲਦਾ ਪਾਣੀ ਪਾਕ ਹੁੰਦਾ ਵਾ ਇਦਾਂ ਹੀ ਆ ਤੇ ਖਲੋਤੀ ਬੱਸ ਜਿੱਥੇ ਮਰਜ਼ੀ ਬੈਜੋ ਵਾਹ ਬੜੀ ਗੱਲ ਕੀਤੀ ਸੁਭਾਨ ਅੱਲਾ ਯਾਰ ਮੈਂ ਤਾਂ ਬਾਹਰ ਦੇਣਾ ਕਿ ਡਰਾਈਵਰ ਜੋ ਬਾਹਰ ਵੀ ਦੇਖ ਲੈਂਦੇ ਕਿ ਨਹੀਂ ਜਦੋਂ ਮਤਲਬ ਕੋਈ ਮਸਲਾ ਮਸਾਇਲ ਬਣਦਾ ਵਾ ਗੱਡੀ ਮਾਸ਼ਾਅੱਲਾ ਤੁਸੀਂ ਸੋਹਣੀ ਰੱਖੀ ਗੱਡੀ ਚੱਲਦੇ ਹਾਰਨ ਹੁਣ ਚੱਲਦੇ ਆ ਹਾਂਜੀ ਭਾਈ ਲੰਮੇ ਸਫ਼ਰ ਤੇ ਜਾਓ ਨਾ ਪਤਾ ਕਰਨਾ ਚਾਹੀਦਾ ਕਿ ਹਾਰਨ ਵੀ ਚੱਲਦੇ ਆ ਕਿ ਨਹੀਂ ਚੱਲਦੇ ਭਾਈ ਨਾ ਹਾਰਨ ਚੱਲਣ ਤੇ ਕਿ ਮਤਲਬ ਕਿ ਪਰਚਾ ਕਰ ਦਿੰਦੇ ਆ ਮਤਲਬ ਕਿ ਵਾਰਨ ਵਾਲੇ ਰੋਕ ਲੈਂਦੇ ਆ ਨਹੀਂ ਕੇਸ ਨਾ ਨਾ ਗੱਡੀ ਦਾ ਹਾਰਨ ਚੱਲੇ ਕਿ ਤੁਸੀਂ ਬੰਦਾ ਰੱਖੋ 20-30 ਹਜ਼ਾਰ ਦੇ ਕੇ ਪਾ ਉਹ ਕਿਹੜਾ ਪਾ ਮਿਟੇਬੂ ਮੂੰਹ ਨਾ ਬੰਦਾ ਕਰੇ ਨਾ ਅੱਗੇ ਬੰਦਾ ਪਾ ਤੂੰ ਮੈਂ ਪਾ ਕਰਕੇ ਮੇਰੇ ਕੰਨ ਪਾ ਕਰਤੇ ਮੈਂ ਇੰਨੀ ਉੱਚੀ ਹਾਰਨ ਮਾਰਦਾ ਓਕੇ ਗੱਡੀ ਭਾਈ ਜਾਨ ਸਾਡੀ ਗੱਡੀ ਮੈਂ ਕਹਿੰਦਾ ਇੱਥੋਂ ਮੈਨੂੰ ਸੋਹਣੀ ਲੱਗੀ ਆ ਸਮਾਨ ਸਮੂਨ ਰੱਖਣਾ ਬੱਚਿਆਂ ਦਾ ਉੱਤੇ ਛੱਤ ਦੇ ਉੱਤੇ ਅੱਛਾ ਸਮਾਨ ਹੈਗਾ ਜ਼ਿਆਦਾ ਤੇ ਛੱਤ ਤੇ ਰੱਖਣਾ ਇੱਕ ਛੱਤ ਵੀ ਦੇਖ ਲਈਏ ਛੱਤ ਵੀ ਦੇਖ ਭਾਈ ਤੁਸੀਂ ਸਿੱਧਾ ਕਹਿੰਦੇ ਦਾ ਮਕਾਨ ਕਿਰਾਏ ਤੇ ਲੈਣ ਲੱਗੇ ਛੱਤ ਦੇ ਲੋ ਟੈਂਕੀ ਦੇ ਲੋ ਟਾਇਰ ਦੇ ਲੋ ਸਟੀਅਰਿੰਗ ਚੈੱਕ ਕਰ ਲੋ ਹਾਰਨ ਚੈੱਕ ਕਰ ਲੋ ਤੂੰ ਗੱਡੀ ਲੈ ਕੇ ਜਾਣੀ ਹੈ ਕਿ ਖਰੀਦਣ ਆਇਆ ਮੈਂ ਕੋ ਯਾਰ ਮੈਂ ਨਾ ਇੱਕ ਵਾਰੀ ਕਹਿੰਦਾ ਕਿ ਚੀਜ਼ ਬੱਚਿਆਂ ਨਾਲ ਮੈਂ ਕੰਪਰੋਮਾਈਜ਼ ਨਹੀਂ ਕਰਦਾ ਕਿਉਂਕਿ ਜਾਨਾ ਹੈਗੀ ਅਨਮੋਲ ਸਾਡੇ ਮੁਲਕ ਦਾ ਫਿਊਚਰ ਆ ਇਦਾਂ ਹੀ ਹੈ ਸਰ ਇਦਾਂ ਹੀ ਬਿਲਕੁਲ ਇਦਾਂ ਹੀ ਇਸ ਗੱਲ ਨੂੰ ਤਾਂ ਮੰਨਦੇ ਨੇ ਤੁਸੀਂ ਜਾਨਾ ਬੱਚਿਆਂ ਦੀ ਵੀ ਅਨਮੋਲ ਆ ਤੇ ਤੁਹਾਡੀ ਵੀ ਅਨਮੋਲ ਆ ਹਾਂਜੀ ਤੁਹਾਡੀ ਤਾਂ ਗੋਲ ਮਗੋਲ ਵੀ ਤੇ ਹੈਗੀ ਹੈ ਨਾ ਇੱਕ ਮਿੰਟ ਦਾ ਕੰਪਰੋਮਾਈਜ਼ ਨਹੀਂ ਮੈਂ ਕਰ ਸਕਦਾ ਬੱਚਿਆਂ ਦੀ ਜਾਨ ਦੇ ਉੱਤੇ ਆ 5-6 ਮਿੰਟ ਦਾ ਕਰ ਲਿਆ ਕਰ ਕੋਈ ਨਹੀਂ ਇੱਕ ਮਿੰਟ ਭਾਈ ਜਾਨ ਦੇਖੋ ਛੱਤ ਠੀਕ ਹੈਗੀ ਆ ਹੁਣ ਛੱਤ ਠੀਕ ਆ ਭਾਈ ਮੈਂ ਉੱਥੇ ਕਿਹੜੀ ਪੇਟੀਆਂ ਚੜਾਉਣੀਆਂ ਵਾ ਆਪੀ ਜੀ ਕਹਿੰਦੇ ਸਮਾਨ ਲੈ ਕੇ ਜਾਣਾ ਤੁਸੀਂ ਇਦਾਂ ਕਹਿੰਦੇ ਬੱਚੇ ਸਿੱਟਣ ਜਾਣੇ ਆ ਪਹਿਲਾਂ ਸਮਾਨ ਦਾ ਬੈਗ ਬੱਚੇ ਦਾ ਹੁੰਦਾ ਕਿਤਾਬਾਂ ਤਾਂ ਨਹੀਂ ਨਾਲ ਬੈਗ ਰੋਟੀ ਵਾਲੀ ਟਿਫਨ ਸਾਰਾ ਕੁਝ ਉੱਤੇ ਲਿਨਵਾ ਦੇਗਾ ਰੱਖਣੀ ਉੱਤੇ ਬੱਕਰੇ ਰੱਖਣੇ ਸੀ ਭਾਈ ਤੂੰ ਬੱਚੇ ਟ੍ਰਿਪ ਲੈ ਕੇ ਚੱਲਾਂ ਵਾ ਕਿ ਸਗੀ ਸਰਵਰ ਲੈ ਕੇ ਚੱਲਾਂ ਗੱਡੀ ਨੂੰ ਬੱਕਰੇ ਰੱਖਣੇ ਦੇਗਾ ਰੱਖਣੀਆਂ ਪੈਸੇ ਭਾਈ ਜਾਨ ਤੁਹਾਨੂੰ ਦੱਸੇ ਅੱਗੇ ਇਹ ਹੈ ਕਿ ਤੁਸੀਂ 50 ਰੁਪਏ ਫੀ ਸਵਾਰੀ ਘੱਟ ਦੇ ਦਿਓ ਤੇ ਕੋਈ ਟੈਨਸ਼ਨ ਨਹੀਂ 3000 ਰੁਪਏ ਨਹੀਂ 2600 ਰੁਪਈਆ ਅੱਛਾ ਸੋਰੀ ਹਾਂ 2600 ਰੁਪਈਆ ਹਾਂਜੀ ਕੋਈ ਮਸਲਾ ਨਹੀਂ 2600 ਜ਼ਿਆਦਾ ਤਾਂ ਕੋਈ ਨਹੀਂ ਇੱਡਾ ਹੈਗਾ ਉਹ ਵੀ ਅੱਜ ਦੇ ਦੌਰ ਚ ਮਹਿੰਗਾਈ ਹੈਗੀ 2600 ਦਾ ਕੀ ਬਣਦਾ ਤੁਹਾਡਾ ਤੇਲ ਹੀ ਉੱਥੇ ਜਾਂਦੇ ਇੰਨੇ ਲੱਗਣਾ ਮੈਂ ਨਾ ਬੱਚਿਆਂ ਦੀ ਜਾਨ ਤੇ ਕੋਈ ਕੰਪਰੋਮਾਈਜ਼ ਨਹੀਂ ਕਰਦਾ ਮੇਰੇ ਸਕੂਲ ਦਾ ਅਸੂਲ ਹੈ ਕਿ ਪਹਿਲੇ ਬੱਚੇ ਫਿਰ ਬਾਅਦ ਚ ਟੀਚਰ ਭਾਈ ਜਾਨ ਤਰੱਕੀਆਂ ਵੀ ਇਦਾਂ ਹੀ ਹੁੰਦੀਆਂ ਸਕੂਲਾਂ ਦੀਆਂ ਮੈਂ ਕਿਉਂਕਿ ਬੱਚੇ ਸਾਡੇ ਆਉਣ ਵਾਲਾ ਮੁਸਤਕਬਲ ਆ ਫਿਊਚਰ ਆ ਬਿਲਕੁਲ ਇਦਾਂ ਹੀ ਆ ਹੁਣ ਐਡੀ ਵੱਡੀ ਮੈਂ ਬੱਸ ਕਰਾਉਨੇ ਆ ਇਦਾਂ ਹੀ ਆ ਤੇ ਦੇਖ ਲਓ ਅੱਲਾ ਦੀ ਰਹਿਮਤ ਮੈਨੂੰ ਕਮੀ ਨਹੀਂ ਪੈਸਿਆਂ ਦੀ ਬਿਲਕੁਲ ਹੋਣਾ ਵੀ ਇਦਾਂ ਚਾਹੀਦਾ ਸਰ ਤੁਸੀਂ ਅੱਲਾ ਦੇ ਬੰਦਿਆਂ ਦੇ ਖਰਚੋਗੇ ਤੇ ਤੁਹਾਡੇ ਤੇ ਆਊਗਾ ਤੁਹਾਨੂੰ ਅੱਲਾ ਤੁਹਾਡਾ ਭਲਾ ਕਰੇ ਦੱਸੋ ਕਿੰਨੇ ਪੈਸੇ ਜੀ ਬਿਸਮਿਲ੍ਲਾ ਆਫੇ ਬਿਆਨਾ ਸਰ ਬਿਆਨਾ ਤੁਹਾਨੂੰ ਦੇ ਦਿੰਨੇ ਅੱਛਾ ਪਤਾ ਹਰ ਕੰਮ 'ਚ ਬਿਆਨਾ ਲਾਜ਼ਮੀ ਹੁੰਦਾ ਜੇ ਬਿਲਕੁਲ ਇਦਾਂ ਹੀ ਆ ਬਿਸਮਿਲ੍ਲਾ ਮੰਨਣੇ ਆ ਮੈਨੂੰ ਤੂੰ ਐਡੀ ਤੂੰ ਮੇਰੀ ਛੋਟੀ ਨੋ ਮੰਨਣਾ ਤੈਨੂੰ ਕਹਦਾ ਆ ਫੜ 50 ਰੁਪਏ ਬਿਆਨਾ ਫੜਾਣੇ ਆ ਪੜਨਾ ਬਿਸਮਿਲ੍ਲਾ ਬਿਆਨਾ ਪਤਾ ਬਿਆਨਾ ਰੁਪਈਆ ਵੀ ਤੁਹਾਨੂੰ ਪਤਾ ਬਿਆਨਾ ਬਿਲਕੁਲ ਇਦਾਂ ਸਿਆਣੇ ਰੁਪਈਆ ਰੱਖ ਕੇ ਬਿਆਨਾ ਕਰਦੇ ਸੀ ਇਦਾਂ ਹੀ ਲਓ ਬਿਸਮਿਲ੍ਲਾ ਬਿਆਨਾ ਤੇ ਬਾਕੀ ਸ਼ਾਮ ਨੂੰ ਤੁਸੀਂ ਸਕੂਲੇ ਆਉਣਾ ਨਾ ਉਦੋਂ ਤੁਹਾਨੂੰ ਪੈਸੇ ਫੜਾ ਦਾਂਗੇ ਠੀਕ ਆ ਠੀਕ ਹੈ ਸਰ ਕਿੰਨੇ ਬੱਚੇ ਕਿੰਨੇ ਤੁਹਾਡੇ ਬੱਚੇ ਪਾਏ ਨੇ ਇੱਕ ਬੱਚੇ ਜਾਣੇ ਆ ਤੂੰ ਤਾਂ ਹਸਾਉਣ ਵਾਲੀ ਗੱਲ ਕਰਨੇ ਬੱਚੇ ਪੁੱਛੇ ਤੈਨੂੰ ਬੱਚੇ ਹਾਂਜੀ ਪਾਏ ਨੇ ਇੱਕ ਬੱਚੇ ਟ੍ਰਿਪ ਤੇ ਜਾਣੇ ਨਾਲ ਦੋ ਉਸਤਾਦ ਹੁਣਾਂ ਨੇ ਮੇਰੇ ਮੈਂ ਉਹਨਾਂ ਇੱਕ ਟੀਚਰ ਹੁਣੀ ਨਾਲ ਮੇਰੇ ਤੇ ਤੂੰ ਗੱਡੀ ਕਰਾਉਣ ਆ ਗਿਆ ਤੂੰ ਕੋਈ ਸਾਈਕਲ ਸੂਕਲ ਕਰਾ ਤੂੰ ਇੰਨਾ ਤੂੰ ਬੱਚਾ ਲੈ ਕੇ ਚੱਲਾਂ ਵਾ ਤੂੰ ਬੱਤਰ ਸਿੱਟੀ ਗੱਡੀ ਕਰਾਉਣ ਆ ਗਿਆ ਸਮਾਨ ਜ਼ਿਆਦਾ ਨਾ ਪਾਏ ਸਮਾਨ ਜ਼ਿਆਦਾ ਸਮਾਨ ਜ਼ਿਆਦਾ ਕੀ ਘਰ ਦਾ ਸਮਾਨ ਲੈ ਕੇ ਚੱਲ ਉੱਥੇ ਹਾਂਡੀ ਰੋਟੀ ਕਰਨੀ ਜਾ ਕੇ ਸਮਾਨ ਜ਼ਿਆਦਾ ਪਾਏ ਹਾਂਡੀ ਰੋਟੀ ਕਿੰਨੀ ਤੂੰ 2 ਕਿਲੋ ਗਾਜਰਾਂ ਲੈ ਜਾਊਗਾ ਹਾਂਡੀ ਰੋਟੀ ਫੜ ਮੇਰਾ ਭਰਾ ਬਿਆਨਾ ਤੂੰ ਇੱਕ ਬੱਚੇ ਦਾ ਲੈਣ ਆ ਗਿਆ ਮੈਂ ਕਿਹਾ ਪਤਾ ਨਹੀਂ ਕਿੰਨਾ ਕੁ ਵੱਡਾ ਗਾਹਕ ਆ ਗਿਆ ਮੈਂ ਜਾਂ ਅਸੀਂ ਡਰਾਈਵਰ ਨਾਲ ਆਰੀ ਅੱਡੇ ਸਵਾਰੀਆਂ ਚੱਕਣੀਆਂ ਸੀਗੀਆਂ ਮੈਂ ਕਿਹਾ ਪਤਾ ਨਹੀਂ ਕਿੰਨਾ ਕੁ ਵੱਡਾ ਗਾਹਕ ਆ ਗਿਆ ਤੇ ਭਾਈ ਬਿਸਮਿਲ੍ਲਾ ਤੁਸੀਂ ਫੜੋ ਨਾ 2 ਬੱਚੇ ਬਿਸਮਿਲ੍ਲਾ ਭਾਈ ਜਾਨ 2 ਬੱਚੇ ਕੋਈ 3 ਜੀ ਹੈਗੇ 72 ਸੀਟਰ ਗੱਡੀ ਦੇ 2 ਬੰਦੇ ਬੱਚੇ ਮੈਂ ਲੈ ਕੇ ਜਾਣਾ 9000 ਰੁਪਏ ਤੁਹਾਨੂੰ ਦੇ ਦਾਂਗੇ ਬਿਸਮਿਲ੍ਲਾ ਤੁਸੀਂ ਸ਼ਾਮ ਨੂੰ 9000 ਰੁਪਏ ਭਾਈ ਜਾਨ ਤੂੰ ਮੈਨੂੰ 9000 ਰੁਪਏ ਮੈਂ ਤੇ ਤੂੰ ਘਰੇ ਇੱਕ ਫਿਰਾ ਲਾਵਾਂ ਤੇ 10000 ਰੁਪਏ ਇਕੱਠਾ ਕਰ ਲਵਾਂ ਤੂੰ 9000 ਰੁਪਏ ਮੈਨੂੰ ਕਹਿਣਾ ਜਾਂ ਮੇਰਾ ਭਾਈ ਥੱਲੇ ਉੱਤਰ ਸਾਰਾ ਤੂੰ ਗੱਡੀ ਦਾ ਸਜਰਾ ਪੁੱਛ ਲਿਆ ਸਾਡੇ ਕੋਲ ਇੱਕ ਬੱਚਾ ਵਾ ਇੱਕ ਮੈਂ ਤੇ ਇੱਕ ਟੀਚਰ ਹੁਣੀ ਮੇਰੇ ਨਾਲ ਤਿੰਨ ਜਣੇ ਤੂੰ ਪੂਰੀ ਬੱਦ ਸਿੱਟੀ ਗੱਡੀ ਕਰਾਉਣ ਆ ਗਿਆ ਉਹ ਯਾਰ ਤੂੰ ਆਪਣੀ ਸਵਾਰੀਆਂ ਬਿਠਾਉਂਦਾ ਜਾਈ ਨਾ ਮੈਂ ਤੈਨੂੰ ਸਵਾਰੀਆਂ ਬਿਠਾ ਦੇ ਜਾਈ ਸੀ ਭਾਈ ਉਹ ਟ੍ਰਿਪ ਤੇ ਜਾਈਦਾ ਸਾਲਮ ਕਲਾਕ ਲਈ ਜਾਈਦੀ ਆ
यार ट्रिप ते एक बच्चा हुण मेरे स्कूल च एक बच्चा ओ लैके ना जावा किते तू स्कूल मतलब कि स्कूल दे च पूरे स्कूल च एक बच्चा पढ़दा हां जी किदां दी गल्लां तू करना उतर जा थल्ले लै ओ भाईया तू थल्ले उतर जा तू एक बच्चे लै गए दिल करना तू थल्ले धक्का दे देवां मैं जिद्दां मेरा टाइम वेस्ट करता ओ भाई किदां देई रे दई तेरा टाइम वेस्ट तू बहुत ते चरका कथनया सी तेरा टाइम वेस्ट हो गया मैं ਤਲਾ ਮੇਰਾ ਭਾਈ ਥੱਲੇ ਉੱਤੇ ਕੇ ਗੱਲ ਕਰ ਮੇਰੇ ਨਾਲ ਥੱਲੇ ਤੇ ਨਾ ਮੈਂ ਕੋਈ ਗੱਲ ਕਰਨੀ ਨਹੀਂ ਤੈਨੂੰ ਕਿਹਾ ਤੂੰ ਪ੍ਰਿੰਸੀਪਲ ਆ ਸਕੂਲ ਦਾ ਹਾਂ ਮੈਂ ਪ੍ਰਿੰਸੀਪਲ ਭਾਈ ਨਾ ਆਪਣੇ ਘਰ ਨੂੰ ਸਕੂਲ ਤੇ ਨਹੀਂ ਕਹਿੰਦਾ ਤੂੰ ਉਹ ਨਹੀਂ ਸਕੂਲੇ ਆ ਤੈਨੂੰ ਪਤਾ ਐਡਾ ਵੱਡਾ ਸਕੂਲ ਮੇਰਾ ਕਿਦੋਂ ਆਪਣੇ ਬੱਚਿਆਂ ਨੂੰ ਸਟੂਡੈਂਟ ਕਹਿੰਦਾ ਵਾ ਮੇਰੇ ਸਕੂਲ 'ਚ ਏਅਰ ਕੰਡੀਸ਼ਨ ਕਮਰੇ ਆ ਕਿੰਨੇ ਕਹੇ ਕਿਹੜੇ ਕਮਰੇ ਏਅਰ ਕੰਡੀਸ਼ਨ ਰੂਮ ਉਹ ਸਾਰੀ ਜ਼ਿੰਦਗੀ ਲੱਗਦਾ ਤੂੰ ਮੈਨੂੰ ਪੱਠੇ ਤੇ ਕੱਢਦੀ ਆ ਤੇ ਤੂੰ ਹੁਣ ਤੂੰ ਏਅਰ ਕੰਡੀਸ਼ਨ ਰੂਮ ਦੀ ਗੱਲ ਕਰਨ ਆ ਤੁਸੀਂ ਮੇਰਾ ਸਕੂਲ ਹੈ ਵੀ ਆ ਕਿ ਨਹੀਂ ਹੈ ਹੈਗਾ ਸਕੂਲ ਮੇਰਾ ਸਕੂਲ ਮਤਲਬ ਇੱਕ ਕਮਰਾ ਸਕੂਲ ਮੇਰਾ ਸਕੂਲ ਤੇ ਹੈ ਉਹ ਤੈਨੂੰ ਕਿਸੇ ਗੱਲ ਦਾ ਸਕੂਨ ਨਹੀਂ ਹੈ ਨਹੀਂ ਤੇ ਕਿੰਨੇ ਵਜੇ ਤੱਕ ਬੱਚੇ ਪੜ੍ਹਦੇ ਤੇਰੇ ਸਕੂਲੇ ਭਾਈ ਪਰ ਇੱਕ ਕਲਾਸ ਹੀ ਨਰਸਰੀ ਹੈ ਇਕੱਲੀ ਹਜੇ ਸਕੂਲ ਬਣਾ ਲਿਆ ਤੂੰ ਸਕੂਲ ਇਦਾਂ ਹੀ ਪਹਿਲੀ ਅਟਰਾਤੀ ਨਹੀਂ ਰਾਤੀ ਤੇਰੇ ਸਕੂਲ ਦਾ ਨਾਮ ਤੇ ਇਹ ਹੋਣਾ ਵਾ ਕਿ ਵਨ ਕਲਾਸਰੂਮ ਸਕੂਲ ਨਹੀਂ ਇਹ ਥੋੜੀ ਆ ਲੈ ਵੀ ਸਕੂਲ ਦਾ ਯੂਨੀਕ ਨਾਂ ਰੱਖਾਂਗੇ ਨਾਂ ਰੱਖਣਾ ਸਕੂਲ ਦਾ ਹਜੇ ਤੂੰ ਤਾਂ ਪਲਾਟ ਲਿਆ ਨਾ ਇੱਕ ਅੱਛਾ ਤੂੰ ਭਰਤੀ ਭੁਰਤੀ ਪਾਈ ਸਕੂਲ ਬਣਾਉਣਾ ਇਨਸ਼ਾਅੱਲਾ ਅਸੀਂ ਅਸੀਂ ਸਕੂਲ ਤਾਂ ਬਣਾਉਣਾ ਵਾ ਮੈਂ ਕਿ ਇੱਕ ਬੱਚਾ ਲੈ ਕੇ ਜਾਵਾਂ ਲੋਕਾਂ ਨੂੰ ਬਚਲੇ ਕਿ ਟ੍ਰਿਪ ਬੱਸ ਲੈ ਕੇ ਜਾਂਦੇ ਆਪਣੀ ਇੱਕ ਬੱਚਾ ਲੈ ਕੇ ਜਾਵੇ ਹਾਂਜੀ ਸੁਭਾਨ ਅੱਲਾ ਅਜੀਬ ਗੱਲ ਕਰਨੇ ਆ ਪਹਿਲੇ ਬਈ ਸਕੂਲ ਬਣਾਈਦਾ ਵਾ ਬੱਚੇ ਬੁੱਚੇ ਦਾਖਲ ਕਰੀਦੇ ਆ ਫਿਰ ਸਾਲ ਡੇਢ ਸਾਲ ਬਾਅਦ ਟ੍ਰਿਪ ਲੈ ਕੇ ਜਾਈਦੀ ਆ ਮੂੰਹ ਤੇਰਾ ਸਕੂਲ ਬਣਿਆ ਨਹੀਂ ਤੇ ਤੂੰ ਟ੍ਰਿਪ ਲੈ ਕੇ ਚੱਲਣਾ ਨਹੀਂ ਕਰਨਾ ਉਹ ਭਾਈ ਨਹੀਂ ਤੂੰ ਜਾ ਭਾਈ ਤੇਰਾ ਕੰਮ ਹੁੰਦਾ ਨਹੀਂ ਕੋਈ ਜਾ ਕੰਮ ਕਰ ਜਾ ਕੇ